दी महक देख रहे सब दशकन प्यार परी सत श्री अकाल सलाम प्रणाम जी। मैं अज आया सां जी पिंड चक मैरा। पिंड चक मैरा बड़ा ही उगा पिंड तहसील दसूए का, बिल्कुल चढ़ते कोई 2 किलोमीटर हटवा। इत्थे मेरे नाल बैठे हैं बजुर्ग जिहड़े कि इत्थे दे वसिंदे हैं, पर 1947 के हालात इन्होंने अपनी अखी डिठे और इन्हों को सुनते हैं। 1947 तो 1947 आले दुआले तुसी की वेख्या, किवें मुसलमान लोग लेंदे पंजाब में उठ के गए गुआंढी पिंड हरदुथला च। दरबार पीर बाबा दीवान शाह चिश्ती का मेला किंज लगता सी। ये सारे हालात, ये सारियां गल्लां इन्हां को जानांगे। आओ शुरू कर दें गलबात। सत श्री अकाल, की हाल चाल है? कृपा करो, ठाको शुक्र खुशी। हाँ जी जी, अपना नाम की है दसो जरा? दीदार सिंह। दीदार सिंह, तुहाडे पिता जी का? मिलखी राम। दादा जी का? उत्तम सिंह। ਕਿਹੜਾ ਪਿੰਡ ਜਿੱਥੇ ਬੈਠੇ ਹੋ? ਚੱਕ ਮੇਰਾ। 1947 ਤੋਂ ਪਹਿਲਾਂ ਦੇ ਇੱਥੇ? ਹਾਂਜੀ, ਤੁਹਾਡਾ ਪਰਿਵਾਰ ਬੈਠਾ ਸੀ ਜੀ ਪਹਿਲਾਂ ਦੀ ਇੱਥੇ ਜੰਮੂ। ਠੀਕ, ਬਰਾਦਰੀ ਕਿਹੜੀ ਆਪਣੀ? ਰਾਮਗੜੀ। ਰਾਮਗੜੀ ਤਰਖਾਣ ਜੀ। 1947 'ਚ ਕਿੰਨੀ ਕੁ ਉਮਰ ਸੀ ਤੁਹਾਡੀ? 18-19 ਸਾਲ ਦਾ। ਜਵਾਨ ਸੋ? ਹਾਂਜੀ ਹਾਂਜੀ, ਕੰਮ ਕਰਦੇ ਪੂਰਾ ਪੂਰਾ ਕੰਮ ਕਰਦੇ। ਸਕੂਲ ਵੀ ਜਾਂਦੇ ਸੀ? ਹਾਂਜੀ। ਨਹੀਂ, ਮੈਂ ਸਕੂਲੇ ਤਾਂ ਇੱਕ ਦਿਨ ਵੀ ਨਹੀਂ ਗਿਆ, ਪੜ੍ਹਿਆ ਨਹੀਂ ਮਰੀਨ, ਮੈਨੂੰ ਨਾਮ ਹੀ ਲਿਖਣਾ। ਅੱਛਾ ਜੀ, ਪੜ੍ਹਿਆ ਨਹੀਂ ਮਰੀਨ? ਅਤੇ ਸਕੂਲ ਨਹੀਂ ਗਿਆ ਇੱਕ ਦਿਨ ਵੀ? ਨਹੀਂ, ਮੈਂ ਨਹੀਂ ਪੜ੍ਹਿਆ, ਮੇਰੇ ਸਾਰੇ ਭਰਾ ਬਹੁਤ ਪੜ੍ਹੇ। ਬਾਕੀ ਭਰਾ ਪੜ੍ਹੇ? ਹਾਂਜੀ, ਮੈਨੂੰ ਕੰਮ ਨਹੀਂ ਰੱਖ ਲਿਆ ਉਹਨੇ, ਵੀ ਗੁਜ਼ਾਰਾ ਨਹੀਂ ਹੁੰਦਾ। ਤੇਰਾ ਹੀ ਪੱਖ ਪੂਰਾਂਗੇ ਸਾਰਾ ਵੀ ਕਰਕੇ ਬਾਪ ਨਾਲ ਕੰਮ ਕਰਾਉਣ ਲੱਗ ਪਏ। ਕਿੰਨੀ ਉਮਰ 'ਚ ਸ਼ੁਰੂ ਹੋ ਗਏ ਸੀ? ਬਸ ਚਲੋ ਇੰਨੇ ਅੱਲਾ ਜਿੰਨਾ ਵੀ। ਅੱਛਾ ਜੀ, ਉਦੋਂ ਹੱਥ ਹੋਣ ਲੱਗ ਪਿਆ ਸੀ। ਅੱਛਾ, ਜ਼ਿਮੀਂਦਾਰ ਕਰਦੇ ਸੀ? ਹਾਂਜੀ ਹਾਂਜੀ। ਅਤੇ ਤਰਖਾਣਾ ਕੰਮ ਨਹੀਂ ਕੀਤਾ? ਨਹੀਂ, ਮੈਂ ਨਹੀਂ ਕੀਤਾ ਕੰਮ, ਖੇਤੀ ਕਰਦੇ। ਸਾਰੇ ਪਿੰਡ ਦੀ ਜ਼ਮੀਨ ਸੀ। ਅੱਛਾ ਜੀ, 10-15-20 ਕਿੱਲੇ। ਵਾਹ ਜੀ, ਕਿੰਨੀ ਵੀ ਜ਼ਮੀਨ ਸੀ ਤੁਹਾਡੀ? ਸਾਡੀ ਜ਼ਮੀਨ ਸੀ 15-20 ਕਿੱਲੇ। ਸਾਡਾ ਬਾਪ ਨੇ ਹੀ ਕੰਮ ਕਰਨਾ, ਉੱਕਾ ਨੇ ਕੰਮ ਕਰਨਾ। ਅੱਛਾ ਜੀ, ਉਹ ਕਿਉਂ? ਨਹੀਂ, ਬਸ ਉਹ ਸ਼ਾਹੂਕਾਰਾ ਕਰਦਾ ਸੀ। ਸ਼ਾਹੂਕਾਰ ਰੱਖਿਆ ਨਾਲ? ਸ਼ਾਹੂਕਾਰਾ ਕਰਦਾ, ਸਰਕਾਰੀ ਲਾਇਸੈਂਸ ਬਣਿਆ, ਜਿੰਨੇ ਮਰਜ਼ੀ ਪੈਸੇ ਵਿਆਜ ਨੂੰ ਦੇਵੇ। ਪਿੰਡ 'ਚ ਕਿਹਾ ਦੱਸੂਗੇ? ਜਿੱਥੇ ਮਰਜ਼ੀ ਦੇਵੇ ਪੈਸੇ, ਲਾਇਸੈਂਸ ਸਰਕਾਰੀ ਬਣਿਆ। ਅੱਛਾ, ਅੱਜ ਵੀ ਰੱਖਿਆ ਸੀ ਸਪੈਸ਼ਲ ਉਹਨੇ, ਆ ਕੇ ਲਿਖਣਾ ਉਹਨੇ। ਇਹ ਜਿਹੜਾ ਪਿੰਡ ਹੈ ਚੱਕ ਮਹਿਰਾ, ਹਾਂਜੀ, ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? ਥੋੜ੍ਹੇ ਸ਼ਹਿਰੋਂ ਆਈਏ ਤਾਂ ਥੋੜ੍ਹੇ ਰਸਤੇ 'ਚ ਆਉਂਦੇ। ਹਾਂਜੀ, ਮੂਹਰੇ ਚੱਕ ਮੇਰਾ ਆਇਆ। ਹਾਂਜੀ, ਚੱਕ ਮੇਰੇ ਤੋਂ ਮੂਹਰਾ ਚੰਡੀਦਾਸ। ਚੰਡੀਦਾਸ, ਚੰਡੀਦਾਸ ਤੋਂ ਗਾੜੀ ਕੱਲੋ ਆ। ਅੱਛਾ ਜੀ, 80 ਦਿਹਾੜੇ, ਰਾਘਵਾ, ਸਾਰਨਾ, ਮੋਰੀਆਂ, ਕੋਲੀਆਂ, ਇਹ ਸਾਰੇ ਇਸ ਸੜਕ ਦੇ ਉੱਤੇ ਪਿੰਡ ਆ। ਇਸ ਸਾਈਡ ਨੂੰ ਫਤਨ ਚੱਕ, ਸੱਗਰਾਂ, ਘੋਗਰਾ, ਹਲੇੜ, ਆਲੇ ਪਿੰਡਾਂ ਦਾ ਪਿੰਡ ਫਿਰ ਠੀਕ ਠਾਕ ਗਾੜੀ ਆਉਂਦਾ। ਦੂਰ ਤੋਂ ਪਿੰਡ, ਜਿੰਨੇ ਕੁ ਪਿੰਡ ਪੈਂਦੇ ਨੇੜੇ। ਅੱਛਾ ਜੀ, ਇਹ ਸਾਰੇ ਪਿੰਡ ਮੁਸਲਮਾਨਾਂ ਦੇ ਸਨ? ਹਾਂ, ਇੱਧਰਲੇ ਮੁਸਲਮਾਨਾਂ ਦੇ। ਅਤੇ ਸਿੱਖਾਂ ਦੇ ਕਿਹੜੇ ਸਨ ਇੱਥੇ? ਸਿੱਖਾਂ ਦੇ ਸੀ ਜਲੋਟੇ, ਕੱਲੋਆ, ਚੰਡੀਦਾਸ। ਅੱਛਾ, ਚੰਡੀਦਾਸ ਵੀ ਸਿੱਖਾਂ ਦਾ? ਹਾਂਜੀ ਹਾਂਜੀ, ਚੰਡੀਦਾਸ ਮੁਸਲਮਾਨ ਹੈ ਹੀ ਨਹੀਂ ਕੋਈ। ਹੋਰ ਕੋਈ ਗਾਲੀਆਂ ਪਿੰਡਾਂ 'ਚ ਵੀ ਥੋੜ੍ਹੇ ਥੋੜ੍ਹੇ ਕਿਤੇ ਕਿਤੇ ਮੁਸਲਮਾਨ ਬਣਿਆ, ਮੁਸਲਮਾਨ ਸੀਗੇ, ਕਾਲੂਆ ਮੁਸਲਮਾਨ ਸੀਗੇ। ਅਤੇ ਸਾਰੇ ਡੋਗਰ ਸਨ? ਹਾਂਜੀ, ਡੋਗਰ, ਡੋਗਰ ਮੁਸਲਮਾਨ, ਡੋਗਰ ਡੋਗਰ ਮੁਸਲਮਾਨ। ਅੱਛਾ, ਇਸ ਪਿੰਡ 'ਚ ਕਿਹੜੇ ਮੁਸਲਮਾਨ ਸਨ, ਕਿਹੜੀ ਬਰਾਦਰੀ ਸੀ ਉਹਨਾਂ ਦੀ? ਮੁਸਲਮਾਨ ਹੀ ਕਹਿੰਦੇ ਜੀ, ਹੋਰ ਬਰਾਦਰੀ ਉਹਨੀ ਕਿਹੜੀ ਵਿਚਾਰੇ ਦੀ ਹੋਣੀ? ਜਿਵੇਂ ਡੋਗਰੇ, ਰਾਈ, ਇੱਥੇ ਇਸ ਪਿੰਡ 'ਚ ਰਾਈ ਜ਼ਿਆਦਾ ਸੀ। ਹਾਂਜੀ, ਥੋੜ੍ਹੀ ਥੋੜ੍ਹੀ ਜ਼ਮੀਨ ਸੀ, ਸਬਜ਼ੀ ਜ਼ਿਆਦਾ ਕੰਮ ਜ਼ਿਆਦਾ ਕਰਦੇ ਸੀ। ਅੱਛਾ, ਬਹੁਤ ਰਾਈ ਸਨ? ਹਾਂਜੀ ਹਾਂਜੀ, ਸਬਜ਼ੀ ਸਵੇਰੇ ਸਿਰਾਂ 'ਤੇ ਖਾਣੀ ਉਹਨਾਂ ਨੇ, ਕਈਆਂ ਨੇ ਜਦੋਂ ਕੋਈ ਮਾੜਾ ਮੋਟਾ ਪਾਸ ਲਾਏ ਉਹਨਾਂ ਘੋੜੇ ਰੱਖੇ ਹੁੰਦੇ ਸੀ। ਅੱਛਾ ਜੀ, ਅਤੇ ਕਈਆਂ ਨੇ ਗੱਡੇ ਵੀ ਰੱਖੇ ਹੁੰਦੇ, ਗੱਡੇ 'ਤੇ ਵੀ ਖਾਣੀ ਸਬਜ਼ੀ।
ਵੇਚ ਕੇ ਆ ਜਾਣਾ ਤੇ ਸ਼ਾਮ ਨੂੰ ਕਿਹੜੇ ਕਿਹੜੇ ਸਨ ਮੁਸਲਮਾਨ ਮਸ਼ਹੂਰ ਤਾਂ ਮੁਹੰਮਦ ਈਸਾ ਸਭ ਤੋਂ ਪਿੰਡ 'ਚ ਮਸ਼ਹੂਰ ਬੰਦੇ ਇਹ ਸੀ ਸਭ ਤੋਂ ਤਕੜੇ ਵੱਡਾ ਜ਼ਿਮੀਂਦਾਰ ਜ਼ਮੀਨ ਵੀ ਜ਼ਿਆਦਾ ਸੀ ਉਹਦੀ ਜ਼ਮੀਨ ਵੀ ਜ਼ਮੀਨ ਇੱਕ ਕਾਲਾ ਹੁੰਦਾ ਸੀ ਫਜ਼ਲ ਉਹਨਾਂ ਦੀ ਜ਼ਮੀਨ ਜ਼ਿਆਦਾ ਸੀ ਅੱਛਾ ਜੀ ਅਤੇ ਤਾਂ ਮੁਹੰਮਦ ਕੀ ਕਰਦਾ ਸੀ ਤਾਂ ਮੁਹੰਮਦ ਖੇਤੀਬਾੜੀ ਅੱਛਾ ਹਾਂਜੀ ਅਤੇ ਇਹ ਕਿਸ ਤਰ੍ਹਾਂ ਮਸ਼ਹੂਰ ਸੀ ਕਿਸ ਗੱਲੋਂ ਗੱਡੀ ਦੀ ਸਬਜ਼ੀ ਖਾਣੀ ਵਿੱਚ ਜ਼ਿਆਦਾ ਦਿਨ ਵੇਚਣੀ ਉਹਨੂੰ ਮਸ਼ਹੂਰੀ 'ਚ ਕਹਿੰਦੇ ਬਈ ਦੂਰ ਤੋਂ ਸਬਜ਼ੀ ਗੱਡਿਆਂ 'ਤੇ ਖਾਣੀ ਦਤਾਰਪੁਰ ਤੋਂ ਰੱਕੜੀ ਕਰਾੜੀ ਤੋਂ ਤੁਸੀਂ ਦੱਸਿਆ ਕਿ ਬੜਾ ਜ਼ੋਰਾ ਵਰਸ ਜਾਣ ਕੇ ਜ਼ੋਰ ਵਾਲਾ ਸੀਗਾ ਅੱਛਾ ਜੀ ਡਰਦਾ ਨਹੀਂ ਸੀ ਜੇ ਜ਼ੋਰ ਬੜਾ ਸੀ ਹਾਂ ਜ਼ੋਰ ਵਾਲਾ ਸੀ ਇਸਾ ਦਾ ਇੰਨਾ ਜ਼ੋਰ ਵਾਲਾ ਸੀ ਉਹਦਾ ਭਰਾ ਸੀ ਵੱਡਾ ਜਰੋਟਿਆਂ ਤੋਂ ਭੈਣ ਚੋ ਤਮਾਸ਼ਾ ਦੇਖ ਕੇ ਗੱਡਾ ਛੱਪੜ ਚੁੱਕ ਕੇ ਸਿਰ 'ਤੇ ਲੈ ਆਇਆ ਕਹਿੰਦੇ ਗੱਡਾ ਹਾਂ ਗੱਡਾ ਇੱਥੇ ਚੁੱਕ ਲਿਆ ਆ ਸਿਰ 'ਤੇ ਚੁੱਕ ਕੇ ਲਿਆ ਕੇ ਕਹਿੰਦੇ ਨੇ ਇੱਦਾਂ ਖੜਾ ਕਰਤਾ ਅਤੇ ਕਹਿੰਦਾ ਵੀ ਥੋੜ੍ਹਾ ਜਿਹਾ ਤਮਾਸ਼ਾ ਦੱਸ ਜਾਈਏ ਇਹਨਾਂ ਨੂੰ ਉਹ ਇੱਥੇ ਪੰਚਾਇਤ ਲੈ ਕੇ ਉਹਦੇ ਘਰ ਹੀ ਬਹਿ ਗਿਆ ਆ ਕੇ ਉਹਨਾਂ ਨੂੰ ਕੋਈ ਪਤਾ ਨਹੀਂ ਜਿੱਦਾਂ ਉਸ ਕਹਿੰਦੇ ਨਾ ਕੀਤਾ ਖੜਾ ਗੱਡਾ ਉਹ ਗੱਡਾ ਕਿਤੇ ਆਪਣਾ ਹੀ ਸੀ ਨਹੀਂ ਕਿਸੇ ਦਾ ਚੋਰ ਜਾਂਦਾ ਚੁੱਕ ਲਿਆਂਦਾ ਜਾਂਦਾ ਚੁੱਕ ਕੇ ਚੋਰੀ ਅੱਛਾ ਜੀ ਉਹ ਜਿਹਨੇ ਕਹਿਣ ਵੀ ਸਾਡਾ ਗੱਡਾ ਆ ਗਿਆ ਇਸ ਪਿੰਡ ਵਿੱਚ ਤੇ ਪਤਾ ਨਹੀਂ ਲੱਗਾ ਵੀ ਕਿੰਨੇ ਕੁ ਬੰਦੇ ਗਏ ਹੋਣਗੇ ਚੋਰੀ ਨੂੰ ਉਹ ਇੱਦਾਂ ਸੁਣਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਗੱਲਾਂ ਘੰਟਾ ਕੁ ਸੁਣ ਸੁਣ ਕੇ ਗੱਲਾਂ ਕਹਿੰਦਾ ਭਾਈਆ ਕਿਤੇ ਸਾਡੀ ਕੰਧ ਨਾ ਕੋਈ ਗਰਾਤ ਦਾ ਗੱਡਾ ਖੜਾ ਕਰ ਗਿਆ ਉਹ ਤਾਂ ਤੁਹਾਡਾ ਆ ਕੇ ਅੱਛਾ ਉਹਨੇ ਕਿਹਾ ਸਾਡੀ ਕੰਧ ਨਾ ਇੱਕ ਗੱਡਾ ਖੜਾ ਕਰ ਗਿਆ ਕੋਈ ਈਸਾ ਹੀ ਆਖਦਾ ਈਸਾ ਹੀ ਕਹਿੰਦਾ ਵੀ ਸਾਡੀ ਕੰਧ ਨਾ ਕੋਈ ਗੱਡਾ ਖੜਾ ਕਰ ਗਿਆ ਉਹ ਦੇਖ ਲਓ ਤੁਹਾਡਾ ਇੱਦਾਂ ਨਹੀਂ ਕਿਤੇ ਜਿਹਲੇ ਉਹ ਦੇਖੇ ਹੈਰਾਨ ਪਰੇਸ਼ਾਨ ਹੋ ਗਿਆ ਉਹ ਇਹ ਕਹਿਣ ਲੱਗ ਪਿਆ ਵੀ ਇਹ ਕਿੰਨਿਆਂ ਬੰਦਿਆਂ ਨੇ ਲਿਆਂਦਾ ਹੋਊਗਾ ਤੇ ਕਿੱਦਾਂ ਲਿਆ ਕੇ ਖੜਾ ਕੀਤਾ ਹੋਊਗਾ ਅੱਛਾ ਈਸਾ ਕਹਿੰਦਾ ਦੇਖ ਲਓ ਹੁਣ ਤੇ ਕੋਈ ਖੜਾ ਕਰ ਗਿਆ ਹੁਣ ਮੈਂ ਕੀ ਕਰਾਂ ਈਸਾ ਜਦੋਂ ਕਹਿੰਦਾ ਦਸ ਬੰਦਿਆਂ ਨੇ ਲਿਆਂਦਾ ਈਸਾ ਕਹਿੰਦਾ ਜੇ ਤਮਾਸ਼ਾ ਦੇਖਣਾ ਤਾਂ ਕਿਲੋ ਘੇ ਲੈ ਆਓ ਇਹ ਮੈਂ ਚੁੱਕ ਕੇ ਲਿਆਂਦਾ ਚੱਪੜ ਚੋਂ ਅੱਛਾ ਕਿਲੋ ਕੇ ਕਿਲੋ ਕੇ ਦੇ ਰਿਹਾ ਗੱਡਾ ਲੈ ਜਾਓ ਤਾਂ ਨਹੀਂ ਗੱਡਾ ਨਹੀਂ ਲੈ ਜਾਓ ਕਿਲੋ ਕੇ ਲੈ ਆਓ ਮੈਂ ਪੀ ਕੇ ਸਿਰ ਤੇ ਤੁਹਾਡੇ ਸਾਹਮਣੇ ਚੁੱਕ ਕੇ ਸਿੱਧੇ ਉਹਨੇ ਚੱਪੜ ਦੇ ਵਿੱਚ ਉੱਥੇ ਮੁੜ ਕੇ ਛੱਡ ਆਵਾਂਗਾ ਜੇ ਚੱਪੜ ਜਿੱਥੋਂ ਆਉਂਦਾ ਪਾਣੀ ਸਿੱਟ ਕੇ ਆਊਂਗਾ ਵਾਹਿਗੁਰੂ ਵਾਹ ਭਲਵਾਨੀ ਵੀ ਕਰਦਾ ਸੀ ਉਹ ਹਾਂਜੀ ਭਲਵਾਨੀ ਵੀ ਕਰਦਾ ਸੀ ਨਹੀਂ ਸਬਜ਼ੀ ਸੁਬਜ਼ੀ ਦਾ ਕੰਮ ਕਰਦਾ ਅੱਛਾ ਉਂਝ ਜ਼ੋਰ ਵਾਲਾ ਸੀ ਹਾਂ ਜ਼ੋਰ ਵਾਲਾ ਕੁਦਰਤੀ ਆ ਰੱਬ ਜਿਹਨਾਂ ਸੱਤ ਸੱਤ ਫੁੱਟ ਦੇ ਜਵਾਨ ਸੀ ਅੱਛਾ ਜੀ ਜੋ ਕੁਦਰਤੀ ਆ ਜਿਨ ਕਹੇ ਜਵਾਨ ਹੋਣਗੇ ਹੋਰ ਕਿਹੜੇ ਕਿਹੜੇ ਮੁਸਲਮਾਨ ਸਨ ਮਸ਼ਹੂਰ ਕਾਲਾ ਸੀ ਉਹਦਾ ਨਾਂ ਫਜ਼ਲ ਉਹਦਾ ਭਰਾ ਸੀ ਦੋ ਭਰਾ ਸੀ ਉਹ ਬੜੇ ਮਸ਼ਹੂਰ ਸੀ ਕਹਿਣ ਸੀ ਸਭ ਤੋਂ ਜ਼ਿਆਦਾ ਇਸ ਪਿੰਡ ਦੇ ਅੱਛਾ ਉਹ ਵੀ ਰਾਈ ਸਨ ਰਾਈ ਸੀ ਉਹਨਾਂ ਕੋਲ ਜ਼ਮੀਨ ਬਹੁਤ ਸੀ ਸਾਰਿਆਂ ਤੋਂ ਤਕੜੇ ਉਹ ਸੀ ਜ਼ਮੀਨ ਵਿੱਚ ਆਪਣੀ ਜ਼ਮੀਨ 'ਚ ਸਬਜ਼ੀ ਦਾ ਕੰਮ ਕਰਦੇ ਖੂਬ ਲਾਇਆ ਸੀ ਉਹਨਾਂ ਨੇ ਫਿਰ ਵੇਚ ਕੇ ਵੀ ਆਉਂਦੇ ਸਨ ਵੇਚ ਕੇ ਵੀ ਆਉਣਾ ਜੀ ਜ਼ਿਆਦਾ ਸਾਡੇ ਪਿੰਡ ਦੇ ਵਿੱਚ ਖੂਹੀਆਂ ਕੱਚੀਆਂ ਸੀ ਪੰਜ ਚਾਰ ਹੀ ਚਾਰ ਕੁ ਖੂਹ ਸੀ ਇਸ ਪਿੰਡ ਵਿੱਚ ਜਿਹੜੇ ਖੂਹ 'ਤੇ ਕੰਮ ਕਰਦੇ ਸੀ ਬਾਕੀ ਤਾਂ ਡੋਲ ਨੇ ਪਾਣੀ ਕੱਢ ਕੇ ਸਬਜ਼ੀ ਤਿਆਰ ਕਰਦੇ ਸੀ ਅੱਛਾ ਜੀ ਉਹ ਢੂੰਗਲੀਆਂ ਲਾਈਆਂ ਹਨ ਢੂੰਗਲੀਆਂ ਲਾਈਆਂ ਕੱਚੀਆਂ ਖੂਹੀਆਂ ਕੱਚੀਆਂ ਖੂਹੀਆਂ ਕੱਢ ਕੇ ਅਤੇ ਢਿੰਗਲੀ ਲਾਉਣੀ ਸਾਈ ਰਾਤ ਪਾਣੀ ਵਿਚਾਰਿਆਂ ਨੇ ਪਾਉਣਾ ਸਬਜ਼ੀਆਂ ਚਾਰ ਦਿਨ ਵੇਚ ਕੇ ਆਉਣਾ ਰਾਤ ਢਿੰਗਲੀ ਚਲਾਉਣੀ ਹਲਟਾਂ ਵਾਲਾ ਖੂਹ ਨਹੀਂ ਸੀ ਇੱਥੇ ਕੋਈ ਵੀ ਹਲਟਾਂ ਵਾਲੇ ਚਾਰ ਖੂਹ ਸੀ ਇਸ ਪਿੰਡ 'ਚ ਕਿਸ ਪਾਸੇ ਸਨ ਇੱਕ ਖੂਹ ਇਸ ਪਾਸੇ ਇੱਥੇ ਸਾਡੇ ਪਿੱਛੇ ਅੱਛਾ ਜੀ ਉਹ ਵੀ ਬੰਦ ਹੋ ਗਿਆ ਦੋ ਇਸ ਪਾਸੇ ਆ ਅੱਛਾ ਇੱਕ ਇਸ ਸਾਈਡ 'ਤੇ ਵੀ ਹੈਗਾ ਬਾਕੀ ਸਾਰੇ ਲੋਕ ਢਿੰਗਲੀਆਂ ਦੇ ਪਾਣੀ ਸਾਰਿਆਂ ਨੇ ਅੱਛਾ ਜੀ ਬਰਾਂ ਜ਼ਮੀਨ ਬਰਾਂ ਜ਼ਮੀਨ 'ਚ ਹੁੰਦਾ ਕੀ ਫਸਲ ਹੋ ਜਾਂਦੀ ਸੀ ਉਦੋਂ ਇੱਥੇ ਫਸਲ ਬਸ ਸਬਜ਼ੀ ਉਹਨਾਂ ਨੇ ਕਰਨੀ ਬਾਕੀ ਤਾਂ ਕਣਕ ਜਵਾਰ ਹੀ ਹੋਣੀ ਜਵਾਰਾਂ ਬਹੁਤ ਹੁੰਦੀਆਂ ਸਨ ਉਦੋਂ ਕਣਕ ਜਵਾਰ ਗੰਨਾ ਜਿੰਨੀ ਕੁ ਕਿਸੇ ਨੇ ਜ਼ਿਆਦਾ ਸਾਂਭ ਸੂਂਭ ਕਰਨੀ ਥਾਪੜ ਥੁੱਪੜ ਕੇ ਰੱਖਣੀ ਉਹ ਸੋਹੇ ਕੱਢ ਗਏ ਤਾਂ ਕੱਢ ਗਈ ਜੇ ਸੁੱਕ ਗਏ ਤਾਂ ਸੁੱਕ ਗਈ ਹੁਣ ਤਾਂ ਗੰਨਾ ਬਹੁਤ ਹੁੰਦਾ ਹੁਣ ਤਾਂ ਪਾਣੀ ਦੇ ਸਿਰ 'ਤੇ ਜੀ ਸਾਧਨ ਗੰਨਾ ਪਾਪਲਰ ਹੁਣ ਤਾਂ ਸਾਧਨ ਸਾਰਾ ਪਾਣੀ ਦਾ ਆ ਪਾਣੀ ਹੋ ਗਿਆ ਹੁਣ ਟਿਊਬਵੈਲ ਲੱਗ ਗਏ ਤਾਂ ਸਾਡੀ ਹਾਜ਼ਰੀ 'ਚ ਬਿਜਲੀ ਆਈ ਆ ਪਹਿਲਾਂ ਹੈ ਨਹੀਂ ਸੀ ਬਿਜਲੀ ਹੁਣ ਬਿਜਲੀ ਦੇ ਸਿਰ 'ਤੇ ਹੀ ਸਾਰੀ ਫਸਲ ਆ ਕਿਹੜੇ ਸਾਲ 'ਚ ਬਿਜਲੀ ਤੁਹਾਡੇ ਪਿੰਡ ਪੁੱਜੀ ਨਹੀਂ ਮੈਨੂੰ ਨਹੀਂ ਹੁਣ ਯਾਦ ਮੈਂ ਕਹਾਂ ਆਈ ਮੇਰੀ ਹਾਜ਼ਰੀ 'ਚ ਅੱਛਾ ਬਿਜਲੀ ਹੈ ਨਹੀਂ ਸੀ ਪਹਿਲਾਂ ਅੱਛਾ ਤੁਹਾਡਾ ਮੁਸਲਮਾਨਾਂ 'ਚ ਯਾਰ ਬੇਲੀ ਜਿਹਦੇ ਨਾਲ ਤੁਹਾਡੀ ਨੇੜਤਾ ਸੀ ਤੁਹਾਡੇ ਪਰਿਵਾਰ ਦੀ ਨੇੜਤਾ ਸਾਡੇ ਨਾਲ ਮੇਰੀ ਉਦੋਂ ਇੱਡੀ ਯਾਦਗਾਰੀ ਨਹੀਂ ਮੈਂ ਕੋਲ ਮੈਂ ਕਹਾਂ ਤੁਹਾਨੂੰ
ਸਾਡੇ ਬਾਪ ਦਾ ਜ਼ਿਆਦਾ ਜਰਾਨਾ ਮੁਸਲਮਾਨਾਂ ਸੀ ਆਮ ਲੋਕਾਂ ਨੂੰ ਪੈਸੇ ਦੇਣੇ ਸ਼ਾਹੂਕਾਰੀ ਕੰਮ ਕਰਦੇ ਵਿਆਜ ਚੁੱਕ ਕੇ ਲੈਣਾ ਉਹਨੇ ਵਿਆਜ ਦੇ ਸਿਰ ਤੇ ਸਾਰਾ ਉਹਦਾ ਕਾਰੋਬਾਰ ਨਹੀਂ ਕੋਈ ਪਰਿਵਾਰ ਹੁੰਦਾ ਜਿਹਦਾ ਨੇੜਤਾ ਵੀ ਹੁੰਦੀ ਹੈ ਮੁਸਲਮਾਨਾਂ ਨਾਲ ਨੇੜਤਾ ਬਸ ਇਹ ਲਿਖਤ ਪਰ ਸਾਰਿਆਂ ਨੇ ਚੱਲੀ ਜਾਣੀ ਅੱਛਾ ਜੀ ਅਰਜੀ ਨਵੀਸ਼ਨ ਨੇ ਰੱਖੇ ਹੋਏ ਸੀ ਉਹਦੀ ਤੁਹਾਡਾ ਕੋਈ ਯਾਰ ਨਹੀਂ ਤੁਹਾਡਾ ਕੋਈ ਯਾਰ ਨਹੀਂ ਸੀ ਨਾ ਨਾ ਅਸੀਂ ਅਜੇ ਹਲਕੇ ਸੀ ਨਾ ਫਿਰ ਬਹੁਤੀ ਉਮਰ ਨਹੀਂ ਸੀ 18 ਸਾਲ ਉਮਰ ਸੀ ਯਾਰ ਬੇਲੀ ਦੇ ਪਾਸੇ ਗਿਆ ਤਾਂ ਕੰਮ ਕਾਰ ਹੀ ਕਰਦੇ ਨਹੀਂ ਮੁੱਕ ਦਿਲ ਨੂੰ ਕੀ ਨੇ ਖੇਤੀਬਾੜੀ ਚ ਰਹਿਣਾ ਜਿੱਥੇ ਯਾਰ ਦੋਸਤ ਬਣਾਉਂਦੇ ਨੇ ਸੀ ਐਵੇਂ ਸੀ ਆਪਣੇ ਵਿੱਚ ਸਾਡੇ ਚੋਂ ਭਰਦਾ ਜਦੋਂ ਬਹੁਤੀ ਗੁਆਂਢੀਆਂ ਕੋ ਬੈਠੀਏ ਤਾਂ ਕਈ ਉਗਤਾ ਹੁੰਦੀਆਂ ਬੰਦੇ ਅੱਛਾ ਭਾਈਚਾਰਾ ਕਿਵੇਂ ਦਾ ਸੀ ਪਿੰਡ ਚ ਭਾਈਚਾਰਾ ਆਪਸ ਚ ਮੁਸਲਮਾਨਾਂ ਦਾ ਸਿੱਖਾਂ ਦਾ ਭਾਈਚਾਰਾ ਰਾਮਗੜੀਆਂ ਦਾ ਸੀ ਇੱਥੇ ਇਸ ਪਿੰਡ ਵਿੱਚ ਜ਼ਿਆਦਾ ਸਵਾਗ ਮੁਸਲਮਾਨਾਂ ਕਿਸ ਤਰ੍ਹਾਂ ਦਾ ਰਿਲੇਸ਼ਨ ਕਿਵੇਂ ਦੇ ਸੰਬੰਧ ਸਨ ਕੋਈ ਲੜਾਈ ਝਗੜਾ ਕੋਈ ਇਹੋ ਜਿਹੀ ਨਹੀਂ ਕੋਈ ਖਾਸ ਨਹੀਂ ਸੀ ਲੜਾਈ ਝਗੜੇ ਮਾੜੇ ਮੋਟੇ ਤਾਂ ਐਵੇਂ ਬੰਨਿਆ ਬੁੰਨਿਆ ਦੇ ਕੱਲੇ ਮਾਮੂਲੀ ਜਿਹਾ ਹੁੰਦੇ ਉਹਨੇ ਮਝ ਵੀ ਕੋਈ ਨਹੀਂ ਸੀ ਮਝ ਵੀ ਜਨ ਕੇ ਜਾਤੀ ਤੌਰ ਤੇ ਵੀ ਆ ਮੁਸਲਮਾਨ ਹੈ ਹਿੰਦੂ ਨਫ਼ਰਤ ਵਗੈਰਾ ਇਹ ਕੋਈ ਨਹੀਂ ਸੀ ਕੋਈ ਨਫ਼ਰਤ ਇੱਕ ਦੂਜੇ ਨੂੰ ਮਿਲਦੇ ਵਰਦੇ ਸਾਰੇ ਭਰਾਵਾਂ ਵਾਂਗੇ ਰਹਿੰਦੇ ਅੱਛਾ ਕੋਈ ਨਫ਼ਰਤ ਨਹੀਂ ਕਿਸੇ ਤੋਂ ਕਰਦਾ ਸਾਡੇ ਨਾਲ ਤੇ ਇੰਨਾ ਪਿਆਰ ਕਰਦੇ ਸਾਨੂੰ ਤਾਂ ਸਾਰੇ ਮਤਲਬ ਚੁੱਕ ਹੀ ਲੈ ਜਾਂਦੇ ਹੁੰਦੇ ਨਿੱਕ ਨਿੱਕਿਆਂ ਨੀ ਅੱਛਾ ਉਹ ਵੀ ਖਲਵਾਉਂਦੇ ਰਹਿਣਾ ਉਹਨਾਂ ਨੇ ਕਹਿਣਾ ਕਹਿੰਦਾ ਚਾਹ ਦੀ ਪਿਛਲੀ ਉਮਰ ਦੀ ਲਾਦ ਆ ਇਹਨੂੰ ਨੱਚ ਲਓ ਚੁੱਕ ਕੇ ਅੱਛਾ ਚਾਹ ਦੀ ਪਿਛਲੀ ਉਮਰ ਦੀ ਲਾਦ ਆ ਕੌਣ ਚੁੱਕ ਕੇ ਕਰਦਾ ਸੀ ਤੁਹਾਨੂੰ ਉਹ ਹੀ ਮੁਸਲਮਾਨੀਆਂ ਲੈ ਜਾਣੀਆਂ ਉਹਨੇ ਚੁੱਕ ਕੇ ਲੈ ਜਾਣੀਆਂ ਮੁਸਲਮਾਨੀਆਂ ਨੇ ਉਹਨਾਂ ਦੇ ਬਹੁਤ ਪਿਆਰ ਕਰਦੇ ਜਾਣ ਕੇ ਬਹੁਤ ਵਧੀਆ ਭਾਈਚਾਰਾ ਸੀ ਹਾਂਜੀ ਹਾਂਜੀ ਬਹੁਤ ਜੋ ਸਾਡੇ ਪੇਰੇ ਦੇ ਅਲੱਗ ਅਲੱਗ ਪਿੰਡ ਸਾਰੇ ਕਾਬੂ ਕੀਤੇ ਸੀ ਸ਼ਾਹੂਕਾਰੀ ਵਿੱਚ ਅੱਛਾ ਉਹਦੇ ਵਿੱਚ ਹੀ ਬੜਾ ਪਿਆਰ ਸ਼ਾਹੂਕਾਰੀ ਕਰਕੇ ਪੂਰੀ ਵਾਕਫੀ ਸੀ ਲੋਕਾਂ ਨੂੰ ਲੋੜ ਸੀ ਨਾ ਲੋਕਾਂ ਜਿਹੜਾ ਇੱਕ ਵਾਰੀ ਫਸ ਗਿਆ ਛੁੱਟਦਾ ਕਦੋਂ ਆਮਦਨ ਆਉਣੀ ਨਹੀਂ ਜਿਹਨੇ ਇੱਕ ਵਾਰੀ ਲੈ ਲੈ ਵਿਆਹ ਦੇ ਪੈਸੇ ਲੈ ਲੈ ਕੇ ਪ੍ਰੋਗਰਾਮ ਦੇ ਲੈ ਲੈ ਉਹ 5-10 ਸਾਲ ਤੋਂ ਛੁੱਟਣਾ ਨਹੀਂ ਕਹਿਣਾ ਅੱਛਾ ਪੈਸੇ ਦੇਣ ਦੇ ਬਾਅਦ ਰੱਖਦੇ ਕੀ ਸੋਨਾ ਕੁਛ ਵੀ ਨਹੀਂ ਰੱਖਣਾ ਕੋਲ ਲਿਖਤ ਕਰ ਲੈਣ ਕੋਈ ਇੰਨਾ ਹੀ ਇੰਨੇ ਮਹੀਨੇ ਦਾ ਸੂਟ ਦੇਣਾ ਅੱਛਾ ਜੀ ਰੱਖਣਾ ਕੁਛ ਨਹੀਂ ਕੋਈ ਗਰੰਟੀ ਵਾਸਤੇ ਲਾਇਸੈਂਸ ਵੀ ਸਰਕਾਰ ਨੇ ਦਿੱਤਾ ਜੀ ਨਹੀਂ ਉਹ ਪੈਸੇ ਦੀ ਗਰੰਟੀ ਵਾਸਤੇ ਸੋਨਾ ਟੂਮਾ ਨਹੀਂ ਜਦੋਂ ਸਰਕਾਰ ਨੇ ਦੇਣਾ ਹੋਵੇ ਲਾਇਸੈਂਸ ਦੇ ਉਹਨੂੰ ਗਰੰਟੀ ਦੀ ਲੋੜ ਨਹੀਂ ਪੈਂਦੀ ਜ਼ਮੀਨ ਲਿਖਾਉਂਦੇ ਸੋ ਉਹਨੂੰ ਕੁਛ ਨਹੀਂ ਉਹਨੇ ਪੈਸੇ ਆਪਣੇ ਕਹਿਣਾ ਪਿਆ ਮੈਂ ਵਿਆਹ ਵਾਸਤੇ ਲੈਣਾ ਅੱਛਾ ਜੀ ਅਤੇ ਇੰਨਾ ਹਰ ਮਹੀਨੇ ਮੈਂ ਸੂਦ ਦੇਣਾ ਅੱਛਾ ਮੁਸਲਮਾਨ ਵਿਆਹ ਵਾਸਤੇ ਪੈਸੇ ਲੈ ਜਾਂਦੇ ਸਨ ਵਿਆਹ ਵਾਸਤੇ ਲੈਣੇ ਕੋਈ ਪ੍ਰੋਗਰਾਮ ਹੋਵੇ ਉਹਦੇ ਵਾਸਤੇ ਲੈਣੇ ਅਤੇ ਬਸ ਉਹਦਾ ਸੂਦ ਭਰੀ ਜਾਣਾ ਸਰਕਾਰ ਦਾ ਲਾਇਸੈਂਸ ਸਾਡਾ ਬਾਪ ਭਰਦਾ ਸੀ ਅੱਛਾ ਸਰਕਾਰੀ ਲਾਇਸੈਂਸ ਭਰਦਾ ਸੀ ਉਹ ਲਾਇਸੈਂਸ ਵਾਲੇ ਦਾ ਸਰਕਾਰ ਇੱਕ ਵੀ ਤੋੜਾ ਆਉਂਦਾ ਉਸ ਵੇਲੇ ਪੁਲਿਸ ਫੜ ਲੈਂਦੀ ਜਾਂ ਹਮਲਾ ਕਰ ਕੁਰਕੀ ਕਰ ਦਿੰਦੀ ਅੱਛਾ ਉਹਦੀ ਕੁਰਕੀ ਕਰ ਲੈਂਦੀ ਉਹਦੀ ਚੀਜ਼ ਮੌਕਾ ਦੇ ਵੇਚ ਕੇ ਤਾਂ ਅੱਛਾ ਤੁਹਾਡੇ ਬਰਾਦਰੀ 'ਚ ਤਰਖਾਣਾ ਕੰਮ ਕੌਣ ਕਰਦਾ ਸੀ ਕਿ ਸਾਰੇ ਜ਼ਿੰਮੇਦਾਰੀ ਸਨ ਜ਼ਮੀਨ ਸਾਰਿਆਂ ਦਿਖਾਣਾ ਹੀ ਥੋੜ੍ਹੀ ਥੋੜ੍ਹੀ ਹੈਗੀ ਸੀ ਅੱਛਾ ਜੀ ਅਤੇ ਉਹ ਬਾਕੀ ਸਾਤੋਂ ਬਗੈਰ ਸਾਰਾ ਹੀ ਕੰਮ ਜਿਵੇਂ ਗੱਡੇ ਰਿਪੇਅਰ ਸਾਰੇ ਕੰਮ ਥਾਣਾ ਨਾਲ ਕਰਦੇ ਸੀ ਸਾਰੇ ਕਰ ਲੈਂਦੇ ਸਾਡੇ ਤੋਂ ਬਗੈਰ ਸਾਡੇ ਬਾਪ ਤੋਂ ਬਗੈਰ ਬਾਕੀ ਸਭ ਕਰ ਲੈਂਦੇ ਬਾਕੀ ਸਾਰੇ ਕਰਦੇ ਸੀ ਸਾਡਾ ਇਹ ਬਾਪ ਦੋਵੇਂ ਭਰਾ ਸੀ ਇਹਨਾਂ ਨੇ ਸਾਰੀ ਉਮਰ ਨੇ ਦਿਹਾੜੀ ਕੀਤੀ ਅੱਛਾ ਜੀ ਇਹੋ ਬਿਜ਼ਨਸ ਕੀਤਾ ਪੈਲੀ ਦਾ ਬਿਜ਼ਨਸ ਰੱਖਿਆ ਇਹਨਾਂ ਨੇ ਆਪਣੀ ਪੈਲੀ ਸੀ ਅਤੇ ਇਹਨਾਂ ਦਾ ਵਾਧਾ ਹੀ ਨਹੀਂ ਬਹੁਤ ਵਧਿਆ ਸਾਡੀ ਦਾਦੀ ਕਹਿੰਦੀ ਵੀ 8ਵੀਂ ਪੀੜ੍ਹੀ 'ਚ 2 ਜੰਮੇ ਆ ਸਾਡੇ ਇੱਕ ਹੀ ਜੰਮਦਾ ਰਿਹਾ ਅੱਛਾ ਜੀ 8ਵੀਂ ਪੀੜ੍ਹੀ 'ਚ 2 ਭਰਾ ਹੋਏ ਆ ਇਹ ਪੈਦਾ ਅਤੇ ਬਾਕੀ ਜਿਹੜੇ ਉਹਨਾਂ 'ਚ 10-10 ਘਰ 15-15 ਹੋ ਗਏ ਜੀ ਤੁਸੀਂ ਇਕੱਲੇ ਸੋ ਪੁੱਤਰ ਬਾਪ ਦੇ ਨਹੀਂ ਅਸੀਂ ਨਹੀਂ ਇਕੱਲੇ ਸੀ ਅਸੀਂ ਤਾਂ 5 ਭਰਾ ਹਾਂ 5 ਭਰਾ ਹੋ ਅਤੇ ਜਿਹੜੇ ਸਾਡੇ ਜਿਹੜੇ ਤਾਇਆ ਅਤੇ ਸਾਡਾ ਬਾਪ ਸੀ ਇਹ 2 ਭਰਾ 8ਵੀਂ ਪੀੜ੍ਹੀ ਜੰਮੇ ਅੱਛਾ ਇਹਨਾਂ ਨੇ ਗਾੜੀ 5-5 ਪੁੱਤ ਜੰਮੇ ਅੱਛਾ ਤੁਹਾਡੇ ਬਾਪ ਦੇ ਭਾਈ ਦਾ ਨਾਂ ਚੰਦਾ ਸਿੰਘ ਇੱਕੋ ਭਾਈ ਸੀ ਇੱਕੋ ਭਾਈ 5 ਉਹਦੇ ਪੁੱਤ 5 ਹੀ ਅਸੀਂ ਵਾਹ ਇੱਥੋਂ ਫਿਰ ਨਾਲ ਇੱਥੋਂ ਚਾਲ ਚੱਲੀ ਸਾਡੇ ਬਾਪ ਤੋਂ ਅੱਛਾ ਜੀ ਪਹਿਲਾਂ ਇੱਕ ਹੀ ਕਹਿੰਦੇ ਜੰਮਦਾ ਰਿਹਾ ਸਾਡੇ ਬਜ਼ੁਰਗ ਜਿਹੜੇ ਸੀ ਬਾਪ ਸਾਡੇ ਬਾਬੇ ਉਹ ਤਾਂ ਸੰਤਾਂ ਦੀਆਂ ਮਿੰਨਤਾਂ ਹੀ ਕਰਦੇ ਰਹੇ ਕਿ ਸਾਡੇ ਘਰ ਵੀ 2 ਜੋੜੇ ਹੋਣਗੇ ਜੁੱਤੀਆਂ ਦੇ ਦਾਦੇ ਕਿੰਨੇ ਭਰਾ ਸਨ ਦਾਦਾ ਜੀ ਤੁਹਾਡੇ ਕਿੰਨੇ ਭਰਾ ਸਨ ਉਹ ਇਕੱਲੇ ਹੀ ਸਨ 8 ਪੀੜ੍ਹੀਆਂ ਇੱਕ ਇੱਕ ਜੰਮੇ ਤੁਹਾਡੇ ਬਾਪ ਤੋਂ 2 ਆਏ ਬਾਪ ਸਾਡਾ ਸੀ ਇਹ 2 ਭਰਾ ਜੰਮੇ ਠੀਕ ਇਹ 2 ਜੰਮੇ ਦੋਵਾਂ ਦੇ ਗਾੜੀ 5-5 ਜੰਮੇ ਤੁਹਾਡੀ ਗੋਤ ਕਿਹੜੀ ਹੈ ਕਲਸੀ
कलसी जी। बड़ी मशहूर गोत है हाँ जी, हाँ जी। ये शुरू तो ही 47 तो बिजनेस करते आए ने, बड़ी बड़ी दुकाना ने बस हार्डवेयर दया दुकाना तो जी जो इंदिरा गांधी मरी आ उस तो बाद शहर। अच्छा जी। जल्द मर गए तो उधर मेरे भरा यूपी चो आ गया इतने। अच्छा जी। पहले यूपी काम ठेकेदारी पहले यूपी चल गए हाँ यूपी ठेकेदारी करते थे जो इंदिरा गांधी मरी उदो फिर सिखा उ माड़ा समझते थे। अच्छा जी। इन्होंने गड्डिया गुड्डिया दस 15 सारिया लूटिया थी उन्होंने बहुत परेशानी माड़ा समझते थे उठ के ही पिंड आ गए कहते बिजनेस शुरू किया फिर साडा नहीं मन इतने लगता असं इतने काम चला जिन्हें कलसी ने सब हार्डवेयर की दुकाना ने दुकाना सारिया ने कई साइकिलों की कई नलकिया की कई दुकाने कोई पीवीसी का काम करता पा जी साढ़े बंद एक फर्नीचर की आ एक रंग रुंग की रखी बड़ी भारी एक ने सीमेंट दो सीमेंट सारिया दी। अच्छा अच्छा पिंड च पीने वाले खूह किन्ने सन पानी पीने वाले पानी पीने वाले खूह पानी पीने वाले एक तो रामगढ़िया का खूह सीगा सामने पैंदा इत्थे नेड़े। अच्छा जिहड़ा वो पार्क जिहा बनाया हाँ जी हाँ जी वो खूह ही आ वो रामगढ़िया का वो रामगढ़िया का खूह ही आ। अच्छा जी। हाँ ते मुसलमाना दा मुसलमाना दा एक पिंड सी तू हूँ पूरा गया बस पूरी तो खूह ये रखे खूह तो छत छुत बाकी वो बंद हो गया खूह सारी वो बंद हो गया दो ही खूह सन दो ही इन्हें खूह तो पानी डाउना इन्हों तो लोगों ने कपड़ा लीड़ा धोना इतों पीन लिया छप्पड़ नहीं इतने छप्पड़ छप्पड़ दसगे तो पूरे गए होर जी छप्पड़ बंद कर जो पानी के साधन बन गए हूँ तो घर घर बोर कर लिया सारे ने जो चो लागे वगदा तो चो जो वगदा जदों की सरकार ने चो जो आम से बंद करके सरकारी चो बड़े तैयार किए उनका पानी आने बंद हो गया नहीं तो पानी बहुत तुसियां बन दी तो पानी आवड़ता ही पानी बहुत पिंड तंग करता बहुत ज्यादा। अच्छा जी। कोई घर हों जो बच जाए अंदर ही पानी बढ़ जाता चो का पानी अंदर आवड़ बढ़ जाता हमेशा लोगों ने जिदा जिदा किसी बच्चे जवार हो उच्ची कुर्सी बनाते थे तो पानी तो बचते जमीन इस पिंड की बहुत मार करती थी पानी रेता रेता बना पानी अजक बरसात तंग कर लोगों ने। अच्छा जी सड़क पक्की बनी है पिंड अगे जाती है कितने जाती है दसूए तो ये रामपुर डाली तक जाती जी दूर तक जाती है पस्सी नरंगपुर पस्सी कंडी थानी हाँ जी पस्सी कंडी थानी हो पस्सी कंडी थानी हो गए नरंगपुर कोठी थानी हो गए पहाड़ा नूं जांदी है पहाड़ा नूं जांदी है ये उदो किस तरह की कच्ची सी बिल्कुल बिल्कुल जी इधर गाड़ी तो है ही नहीं सड़क उक्की है नहीं सड़क पैसे सन बस पैसे आए इन्होंने होने बाद कच्चे बट्टिया जाना लोगों ने कच्ची सड़क रेता ही रेता हूँ बनिया जी बड़ा औखा है लोगों तुर के जाना पानी का साधन इस इलाके बहुत तंगी सी मोहरे पानी की पानी पीने भी छप्पड़ा ना पीते जी जिन्हें पिंड से छप्पड़ पहरा ला के रखते थे वह मीह मूह का पानी छप्पड़ च पैंदा रहना लोगों ने पीना। अच्छा तुहाडे पिंड च मस्जिद है सी हाँ जी मस्जिद हैगी हैगी सी दो मस्जिद हुण है नहीं नहीं खत्म हो गई वो किस पासे सन एक कहते थे एक परले पासे एक पिंडों परले पासे कंडे दे उत्ते अच्छा तुहाडा घर पिंड विच मुसलमानां दे घर दे नेड़े सी कि आले दुआले तरखाने दे जी आले दुआले साडे तरखाना दे घर सी। अच्छा नेड़े किहड़ा किहदा घर किहदा घर वजदा सी नेड़े सारे बढ़ते सारे गब्बे पिंड दे सी साडा घर असीं तां चौथे थां आ के रहण लगे हां पंजवें तां। अच्छा बार बार बस जो गां तुरे जिदा जिदा लोड़ सानूं पैंदी कि पिछों छड़दे जाए ते गां आ के खुले थां आउंदे रहण विच हुण पिंड दे विच उहो मकान साडे हुण आ गया असीं तां बहुत दूर पिंडों आ गए गब्बे पिंड दे छड़ के असीं किदां पिंड दी जाइए करिए छड़ छड़ के गां आ गए गां आ गए हुण कुछ जित्ती। अच्छा इतने 1947 तो पहला मेला कितने लगता सी थली 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 बंगले के दवान शाह मेला लगता है 10 दिन 10 दिन लगा रहा उदो जाते वेखण वेखण जाते होंगे होर जी जाते मुसलमान के मुंडे भी जाते सन मुसलमाना का तो सारा प्रोग्राम होंगे जी। अच्छा उन्होंने हिंदुओं वास्ते लंगर तैयार जुदार करके रखना। अच्छा जी। हिंदुओं वास्ते रसोईये जुदे रखे थी मुसलमानों वास्ते जुदे रखे थे 10 दिन
रात दिन अकबाली हुई जाती थी। अच्छा जी, लगे रही थी। हुण भी लगता मेला? नहीं जी, हुण कोई इत्थे है ही नहीं। हुण अगे कदी कदी मुसलमान आउंदे हुंदे सी पाकिस्तान तों। हाँ जी, ते हुण तां सारे बंद ही आए ने। मशहूर सी जगह, है कोई अंत नहीं सी। बहुत मशहूर ये जगह, तो बहुत ज्यादा मशहूर थी, जो अंत कोई नहीं सी। अच्छा जी, इन्नी मशहूर थी। इत्थे तां बाबा दीवान शाह शहर होंदे सी। एक हुंदा रहमत अली शाह फकीर। अच्छा जी, बाबा दीवान शाह ने जो उन्होंने उन्हें दस बंदे होने शहर हो, इधरों रहमत अली शाह नंगा रहा हूँ। जिथे बाबे दीवान शाह का डेरा आया, ये सड़क बहुत नीवी होंगी सी, चोर वर्ग पाया होंगे रेता। अच्छा जी, तो वो जल्दी इतने गए तो रहमत अली शाह कहता, दवानिया कुछ खड़ा आज राह। अच्छा, वो कहता साईं जी डेरे चलो। कहता डेरे तो सारी दुनिया खड़ा दिंदी, इतने खड़ा राह दे, इतने खड़ा हूँ खड़ा कुछ। फिर कह रहे पिया भी खड़ा कुछ। उन्हें हाथ जोड़ते भी मेरी बेबा, मैं इतने नहीं खड़ा सकता। कहता नहीं खा सकता, गल कर, मैं खड़ावा। रहमत अली शाह ने कहा गल कर, मैं तेरे सारे बंद दसा रोटी इतने खिलाना, सब की खाना चाहते। बाबे दीवान शाह ने कहा खीर खानी। अच्छा, खीर खानी है। फिर वो इदा हाथ पिछे करे, थाली मोहरे करी जाए, हाथ पिछे करे थाली मोहरे करी जाए, खीर दी भरी इदा पिठ पिछे अपनी पिछे हाथ करे, खीर मोहरे करके खाई जाए। जल सारे ने खा लिया सी, तो फिर बाबे दीवान शाह ने पूछा जी, साईं जी ये दसो खीर कितों आउंदी आ। अच्छा, कहना दस दिना कितों आउंदी आ। कितों आउंदी आ? कहिंदा खीर मसूरपुरों आई आ। ओ मकेरिया मसूरपुर, मसीना मकेरिया, उत्थे भी दरबार है। कहिंदा वे मकेरिया तों आउंदी आ। चल जाओ, जाके पुछिया उन्होंने खीर लैण कौन आउंदा सी। इतों बाबे दीवान शाह ने बंदे भेजे उत्थे, खीर लैण कौन आउंदा सी। उन्हें कहा रहमत अली शाह कहिंदा सी परौणे आ गए छेती पापा पड़ाओ। रहमत अली शाह कहिंदा सी फड़ाई जाओ दबदे परौणे आ गए। कित्थे दा सी रहमत अली शाह? वो तो चंगी दा सी। चंगी माई शाह? नहीं नहीं, इत्थे चंगी ही, इत्थे नाल ही है फतेहार, फतेह जग दे नाल ही जी, फतेह दे नाल ही पंज सत घर सी उत्थे। अच्छा जी, ਉਹ ਤਾਂ ਮਸਤ ਫਿਰਦਾ ਰਹਿੰਦਾ ਸੀ, ਉੱਥੇ ਇੱਕ ਸਾਥ ਥੋੜ੍ਹਾ ਰਹਿੰਦਾ ਸੀ, ਉਹ ਜਿੱਥੇ ਮਰਜ਼ੀ ਪਿਆ ਰਹਿੰਦਾ ਸੀ। ਪਰਮਾਤਮਾ ਨਾਲ, ਪਰਮਾਤਮਾ ਨਾਲ ਲੇਪ ਜੋੜੀ ਸੀ ਉਹਦੀ। ਨੰਗਾ ਹੀ ਰਹਿੰਦਾ, ਪਰਵਾਹ ਹੀ ਨਹੀਂ ਕੋਈ। ਅੱਛਾ, ਹਾਂ ਗੱਲ ਵੀ ਨਹੀਂ ਕੁਛ ਪਾਉਂਦਾ ਸੀ। ਅੱਛਾ, ਇਹ ਦੱਸੋ ਬਾਬਾ ਦੀਵਾਨ ਸ਼ਾਹ ਇਹ ਹਿੰਦੂ ਸੁਨਿਆਰਾ ਸੀ ਦਸੂਬੇ ਦਾ? ਸੁਨਿਆਰਾ ਸੀ ਦਸੂਬੇ ਦਾ। ਦਸੂਬੇ ਦਾ ਸੁਨਿਆਰਾ ਸੀ। ਕਿਹੜੇ ਮਹੱਲੇ ਦਾ? ਉਜਤ ਜਾਣੇ ਜੀ ਨੇ ਕਿਹਦੇ ਤੋਂ? फिर जिथे ती बना गया सी उथे छड़ता काम सारा। उन्होंने हाजरी ची बंगला बने जिन्हें बने नी तुहाडे पिंड दी गल करदा। 1947 पिंड किमें मुसलमान इतों गए तो उन्हें की हमला होया? नहीं जी, जल्दी हमला होया पिंड छड़ के कैंपां च कट्ठे करते सरकार ने। अच्छा जी, कैंपां च कट्ठे करते भी जिन्हें मुसलमान कट्ठे करी जा जड़े रेंदे सी लोग उन्होंने तंग करते सी ना। अच्छा जी, वो फिर उन्होंने बेचारे कड़ कड़ के सरकार ने पुलिस पौनी पुलिस ने जो कोई घर च कोई रहा कोई पिंड उन्होंने ले जाते थे। तंग कौन करता सी? तंग कौन करता सी उन्होंने? ਜਿਹੜੀ ਸਰਕਾਰ ਦੀ ਪੁਲਿਸ ਸੀਗੀ। ਅੱਛਾ ਜੀ, ਮੋਕਾ ਦੀ, ਉਹਨਾਂ ਨੇ ਕਹਿਣਾ ਚਲੋ ਤੈਨੂੰ ਉੱਥੇ ਲੈ ਜਾਈਏ। ਅੱਛਾ, ਉਹ ਹੀ ਆਉਂਦੀ ਵੀ ਪਿੰਡ ਖਾਲੀ ਕਰ ਦਿਓ? ਨਹੀਂ, ਬਸ ਜਿਹੜਾ ਕੋਈ ਪਿੰਡ 'ਤੇ ਚਲੇ ਗਿਆ ਲੋਕ, ਕੋਈ ਕੋਈ ਚੋਰੀ ਰਹਿੰਦਾ ਸੀ ਨਾ,
सज्जन मित्र आवे मैं चार दिन कट लवा इतने। अच्छा तो उन्हें सरकार की जी पुलिस की कहनी नहीं रहन देना अभी बंदा नहीं को रहन देना जिते पता लगता सी उस बंद ले जाने कैंप के। अच्छा 1947 ਤੁਹਾਡੇ ਆਲੇ ਦੁਆਲੇ ਮੁਸਲਮਾਨਾਂ ਦੇ ਪਿੰਡ ਸਨ ਤੇ ਤੁਸੀਂ ਪਿੰਡ 'ਚ ਹੀ ਰਹੇ ਕਿਤੇ ਚਲੇ ਗਏ ਛੱਡ ਕੇ? ਨਹੀਂ ਸੱਜਣੀ ਰਹੇ ਪਿੰਡ ਛੱਡ ਚਲੇ ਗਏ। ਡਰਨ ਵਾਲੀ ਨਹੀਂ ਉਹਦੇ ਜਿਹੜੇ ਹਮਲੇ ਹੁੰਦੇ ਸੀ ਤੇ ਫਿਰ ਇੱਥੋਂ ਚੱਲ ਗਿਆ ਵੀ ਰਾਤ ਪਰ ਨਹੀਂ ਕਿਹੜਾ ਹਮਲਾ ਪੈ ਜਾਣਾ ਜਿਹੜੇ ਰਾਤ ਹਮਲਾ ਕਰਨਾ। ਹਮਲਾ ਕਿਹੜੇ ਪਿੰਡ ਕਰਦੇ ਸਨ? ਹਾਂਜੀ ਹਮਲਾ ਕਿਹੜੇ ਕਿਹੜੇ ਪਿੰਡ ਕਰਦੇ ਸਨ? ਹਮਲਾ ਜਿਹੜੇ ਕਰਦੇ ਸਾਰੇ ਜਿੰਨੇ ਇਕੱਠੇ ਹੋ ਗਏ ਮਕੇਰੀਆਂ ਦੇ ਪਿੰਡ ਇਕੱਠੇ ਹੋ ਗਏ ਪਿੰਡ उन्होंने कट्ठे होकर इधर इलाका सारा चूह का पिया होना इधर हिंदू है ही नहीं कोई भी साढ़े कबड्डे मुसलमान थी तो उन्होंने सारे ने पैना हमला करके तुहाडे पिंड ते। हाँ जी चंडीदास ते भी सारे पिंडां ने पैना फिर बस जिले ये डरते होंगे सी निहंगा तो डोगर डोगर सब मुसलमान जिन्ने सी ये निहंगा तो डरते जिले इन्होंने सौ नियाल कहना ना आ गया जसा निहंगा का फिर पिछा नूं भजदे सी। अच्छा हूँ तबाही सारी हो जानी है हूँ साढ़ा कोई बचा नहीं होना। अच्छा तुहाडे पिंड लागे पिंड पिंड बनियाल ये बड़ा मशहूर पिंड सी डोगरां दा। हाँ जी बनियाल दे विच बदमाश बड़े। अच्छा जी डाकू बदमाश बड़े बदमाशां दा पिंड सी। हाँ जी उस मौका दे राधे चक दे विच इक हरिया हुंदा सी राय चक वो पहला मर गया सी नहीं तां वह तां कल्ला ही सारा इलाका लूह सकदा सी। हरिया मुसलमान सी हिंदू सी हरिया रामगढ़िया सी अगर जे कदे ओह मौका ते जींदा हुंदा ते सारा इलाका इहनू मूंह करके पेशाब नहीं कर सकदा सी इन्ना जाल कल्ला ही सी कल्ला ही उहदे कोल थर थर दुनिया कंबदी सी। ओह की गल सी? बस ओह खतरनाक ही इन्ना सी परवाह नहीं करदा जान उहदे च परिवार ही उहदे च प्राण ही मालक ने इन्ने भरे होए सी टांड्यो गड्डी दे नाल नठा दसूए पहला आ गया। अच्छा आ जिहड़ी रेल आउंदी आ गड्डी दे नाल नठा सी ते दसूए मूहरे आ गया दौड़ा है गड्डी दे पहुंचण तों पहला ही पहला आ गया इन्नी उर्ज पावर रामगढ़िया सी। हाँ जी उहदी बड़ी मशहूरी सी उहदा खरे किन्ना क रुपया उह दे के उहनां दी चाचे दी ਕੁੜੀ ਜਿਹੜੀ ਉਹਦੀ ਭੈਣ ਹੀ ਲੱਗਦੀ ਸੀ ਉਹਦੇ ਕੋਲ ਮਰਵਾਇਆ ਗਿਆ ਉਹਨੂੰ ਮਰਵਾ ਦਿੱਤਾ ਤੇ ਤੂੰ ਕਰ ਸਕਦੀ ਆ ਉਹ ਹਰ ਵੇਲੇ ਪਿਸਤੌਲ 12 ਗੋਲੀ ਦਾ ਭਰਿਆ ਹੀ ਰੱਖਦਾ ਸੀ ਤੇ ਉਹ ਹੀ ਉਹਦੇ ਕੋਲ ਕਿੱਦਾਂ ਪਰਾ ਨਹੀਂ ਚਲਾਈਦਾ ਕੀ ਕਰੀਦਾ ਉਹਨੂੰ ਜਿੱਦਾਂ ਸਮਝਾਇਆ ਸੀ ਵੀ ਇਹਦੇ ਮੱਥੇ ਨੂੰ ਕਰਕੇ ਸਿੱਧੀ ਗੋਲੀ ਲੱਗ ਜਾਂਦਾ ਉਸ ਲਈ ਮਰਦਾ। ਅੱਛਾ ਮਾਰਤਾ ਬਸ ਕੋਈ ਭੈਣ ਤੋਂ ਮਰਵਾਇਆ। ਅੱਛਾ ਜਿਹੜਾ ਪਿੰਡ ਬਨਿਆਲ ਹੈ ਇੱਥੇ ਬੜੀ ਲੜਾਈ ਉੱਥੇ ਬੜਾ ਕਾਫੀ ਲੋਕ ਮਾਰੇ ਵੀ ਗਏ ਇਹ ਕਿਹੜੇ ਕਿਹੜੇ ਪਿੰਡਾਂ ਦੇ ਲੋਕ ਜਿਹੜੇ ਗਏ ਸਨ ਉੱਥੇ ਹਮਲਾ ਕਰਨ ਸਿੱਖਾਂ ਦੇ? ਇਹ ਸਾਰੇ ਪਿੰਡ ਹੀ ਹਮਲਾ ਕਰਦੇ ਸੀ ਬਨਿਆਲ 'ਤੇ ਕਰਦਾ ਸੀ ਬਨਿਆਲ ਉੱਤੇ ਕਿੰਨੇ ਹਮਲਾ ਕੀਤਾ ਕਿਹੜੇ ਪਿੰਡ ਨਾਲ ਕਰਦੇ ਸੀ? ਪੂਰੇ ਪਿੰਡਾਂ ਨੇ ਪਹਾੜ ਜਾਲੇ ਜਿੰਨੇ ਵੀ ਮੁਸਲਮਾਨ ਨੇ ਪਿੰਡ ਇੱਧਰ ਸਾਰੇ ਮੁਸਲਮਾਨ ਨੇ ਪਿੰਡ ਹੀ ਨਹੀਂ ਹਿੰਦੂ ਸਿੱਖਾਂ ਦੇ ਕਿਹੜੇ ਪਿੰਡ ਸਨ ਜਿਹਨਾਂ ਨੇ ਹਮਲਾ ਕੀਤਾ? ਸਿੱਖਾਂ ਨੇ ਇੱਧਰ ਦਾ ਇਲਾਕਾ ਜਿਹੜਾ ਸਾਰਾ ਇੱਥੋਂ ਤੁਰ ਕੇ ਇੱਧਰ ਦਾ ਸਿੱਖਾਂ ਦਾ ਸਾਰਾ ਇਹਨਾਂ ਨੇ ਫਿਰ ਬਨਿਆਲ ਮੁਸਲਮਾਨ ਨੇ ਇਹਨਾਂ ਨੇ ਬਨਿਆਲ 'ਤੇ ਹਮਲਾ ਕੀਤਾ ਹਮਲਾ ਤਾਂ ਕਰਦੇ ਸੀ ਜੀ ਜੇ ਕਿਸੇ ਨੇ ਰਾਤ ਹਮਲਾ ਕੀਤਾ ਮਾਰ ਲੁੱਟ ਮਾਰ ਕਰਨੀ ਜੇ ਕੋਈ ਹੱਥ ਆ ਗਿਆ ਚਾਰੋ ਪੱਛ ਮਾਰ ਜਾਣੇ। ਅੱਛਾ ਜੀ ਅਤੇ ਜੇ ਸਿੱਖਾਂ ਨੇ ਰੌਲਾ ਪਾ ਦਿੱਤਾ ਵੀ ਸਾਡਾ ਨਿਹੰਗਾਂ ਦਾ ਜਥਾ ਵੀ ਆ ਗਿਆ ਸੋ ਨਿਹਾਰ ਕੀਤੀ ਫਿਰ ਭੈਣ ਚੋਂ ਨਰਸੇ ਰਾਹ ਨਹੀਂ ਲੱਭਦਾ ਸੀ। ਅੱਛਾ ਜੀ ਫਿਰ ਕਿਸੇ ਨੂੰ ਭਾਜਣ ਪੈਣੀ ਅਤੇ ਜਦੋਂ ਡੋਗਰੇ ਆ ਡੋਗਰ ਮੁਸਲਮਾਨ ਪੈ ਜਾਣੇ ਅਤੇ ਫਿਰ ਇਹ ਭੱਜ ਜਾਣੇ ਫਿਰ ਇਹਨੂੰ ਪਿੱਛੇ ਤਾਂ ਹੋਣਾ ਹੀ ਹੁੰਦਾ ਅਤੇ ਦੇਖਣਾ ਹੁੰਦਾ ਵੀ ਇੱਥੇ ਜਾ ਥੋੜ੍ਹੇ ਬੰਦੇ ਰੋਟੀ ਜਲਦੀ ਜ਼ਿਆਦਾ ਹੋਣੇ ਰੋਟੀਆਂ ਨਾਲ ਦੂਜੇ ਬੰਦੇ ਆ ਗਏ ਹੋਰ ਆ ਗਏ ਅਤੇ ਆਪੇ ਜ਼ਿਆਦਾ ਬੰਦੇ ਹੋ ਜਾਣੇ। ਕਿੰਨੀ ਕੁ ਕਤਲੋਗਾਰਤ ਹੋਈ ਇਸ ਏਰੀਏ 'ਚ? ਬਹੁਤ ਹੋਈ ਕਤਲਕਾਰ ਦੇਖੋ ਜੀ ਜਿਹੜੇ ਬੰਦੇ ਤਾਂ ਸਮਝਦਾਰ ਸੀ ਉਹ ਨਾ ਹਾਂਜੀ ਉਹ ਤਾਂ ਰੌਲਾ ਸੁਣ ਕੇ ਚੱਲ ਗਿਆ ਸੀ ਇੱਥੇ ਇਸ ਪਿੰਡ 'ਚ ਇੱਕ ਫੈਜ ਉਹਦਾ ਨਾਂ ਸੀ ਲੰਬੜਦਾਰ ਪਿੰਡ ਦਾ ਸੀਗਾ ਉਹ ਇਸ ਪਿੰਡ ਦਾ ਅੱਛਾ ਜੀ ਇੱਕੋ ਲੰਬੜਦਾਰ ਸੀ ਲੰਬੜਦਾਰ ਇੱਕੋ ਸੀ ਉਹਦੇ ਨਾਲ ਲੱਗਦੇ ਵੀ ਲੋਕ ਬੜੇ ਸੀ ਚਾਲੀ ਵੀ ਉਹਦੇ ਕੋਲ ਬੜੀ ਸੀ ਮੁੰਡਾ ਉਹਦਾ ਕੋਈ ਨਹੀਂ ਸੀ ਕੁੜੀਆਂ ਜਵਾਨਾਂ ਸੀ ਉਹਦੀਆਂ ਉਹਨੂੰ ਜਿਸ ਨਾਲ ਪਤਾ ਲੱਗਾ ਵੀ ਇਹ ਹਿੰਦੁਸਤਾਨ ਬਣ ਗਿਆ ਪਾਕਿਸਤਾਨ ਨੇ ਲਿਆ
सानू निकलना पैना इतों। वो पहले चल गया इतों, उन्हें सरदार जी वो तरीक होने तो पहला ही उन्हें नहीं हवा बार कटी कहिंदा जिंदा भी लाना बूझो खुले छड़ गया किसी को दसना भी नहीं चुप करके गड्डिया होना चल दिया। अच्छा बस सारा परिवार अपना लैके तो चला गया चले गया तो जेले से हमला होया तो फिर सरदार जी स्नेह करी जाता सी फिर मैं कोठी भी सामभ ली अपना जी एजेंट भी सारा ले आया तो अपना पाई भी लाड करा लिया बार दे विच पहुंच गया। इन्होंने सुने आकल दा भी तुझे अड़ी करके बैठे रहो मैं आ गया अड़ी करके बैठे रहो तुझे मैनू मारना सी ना मैं तो आनू बच्चे मैं कोई चीज नहीं कर दी चुकी पता नहीं लगन दा मैं आ चीज मैं आ तुझे इतने नर जाने की कर नहीं करना कहना है मैं की करी जे मैं नहीं रहा था। अच्छा तो अड़े पिन दे जड़े मुसलमान सी फिर गए ने तो मिल के गए ने फिर जो पिंड छड़िया ना जी फिर की सानू मिलना फिर तो एक दो तो डारी लगी जांदा है इन्ने मैनू मार देना उन्ने मैनू मार देना फिर तो एक दो लागे भी नहीं आता इतने जिधे हमला एक नहीं मिलके गए जिधे हमला होना शुरू हो गया फिर तो बाणी दुश्मन गए कि अच्छा एक दूसरे ने सज्जन मित्र जे ने भी लावे गल्ला कर दिया लोग हुण कृपाना बनाई जांदे परचे बनाई जांदे तो एक दूसरे तब तब कर ला पाए सारे। अच्छा तुहाडा जिहड़ा कारोबार सी तुहाडे जिहड़े परिवार सन बाकी तुहाडा तो नहीं ये सी तरखाणा जी फिर बरछियां बनदियां सन खूब। हाँ जी हाँ जी बरछियां कुरबाना लोगों ने बनाई हथियार तो होर कहना गोली चला लैनी है वह हथियार रखने पे नाले एक नू दो पैसे कर की लैना। अच्छा तुहाडे को मुसलमान ने बनाई होनी बरछियां बिल्कुल उन्हें सारियां बना ली। अच्छा उन्होंने भी तुहाडे को बनवाईया सिखा ने बनवाईया बिल्कुल नहीं मुसलमान बड़े कारीगर से इस काम के। अच्छा वो आप बनाई जाते बहुत कारीगर से वो बनाई जाते जेडे तकड़े बंदे सी बर्तन चक दे विच एक बंदा मीरा बख्श तकड़ा सी वो कहना मैनू तो कोई लोड़ नहीं बरछी की। अच्छा जी मेरे द्वारा कहना चार बंदे तुम बरछिया कर दौ मैं उन्होंने खोह के उन्होंने मार दिता। अच्छा जी की नाम से हमीरा हमीरा डोगरा डोगरा बड़ा जवान सी डोगर मुसलमान कहना सी वे मैं तो तुम मैंने कोई लोड़ नहीं हथियार की मैं उन्होंने खोह के उन्होंने मार देना। अच्छा जी कहना मैं तो उत्ते भी पहुंच जाना हाथ नहीं खो ही लेना जरा पड़ो ही लेना उन्होंने मार देना इन्ना तकड़ा सी इन्ना तकड़ा। सर जदों ये चले गए तो पिंड के मुसलमान कैंप च दसूए मुड़ के पिंड को समान वगैरह लैन आए नहीं फिर मुड़ के नहीं आए लोड़ पैंदी जनों आटा दाना नहीं बस ही फिर दुनिया में एक दूसरे खतरा ही पैना पै जाता जिन्हें इतों जाना उन्हें कहना। अच्छा कोई इन्होंने आटा दाल वगैरह दे के नहीं आया बिल्कुल अभी तो साढ़ा छोटा परिवार थी अभी सजनी चाहता ही अपना परिवार सारा एक सारी भैन सी साढ़े पहले बाप के ब्याह चो ओनू किसी ने दसता भी चंडी चक मेरा जड़ा आ रात सारा मार छिया चली दस तो चक मेरे चो एक जी नहीं बचिया वह बेचारी उत्थे मर गई उस वेले कहिंदी जब मेरे भरा जी ने मैं की करना। अच्छा, मारी गई अटैक हो गया बस खूह छाल मार सदमे नाल ही। अच्छा खूह छाल मार के नहीं मैं जे भरा ने मैं कर जी कहन पर चक चो एक जी नहीं निकलिया सारे ही मार छे उन्होंने होया कुछ नहीं सी नहीं हमला होया जी हमला तो होया भी ओले जल्दी उन्होंने हमला किया ओले लोग ज्वार जवान सी अजकल समा ज्वार का सी अस भी नहीं ज्वार जो है लोग लगभग अंदरी बढ़ गया फिर कोई जानी नुकसान नहीं फिर की लगना नुकसान किसा नहीं होया कोई मरिया नहीं दो तीन जनानियां मरिया जी पिंडों जिड़िया घरों नहीं निकलिया। अच्छा जी वो मार गए कि लै गए मार गए नहीं खड़ता नहीं ओला कोई मारने ना गल सी खान के जवान कुड़िया ले जाते सन जवान कुड़िया ले जाते सन नहीं खड़ता नहीं मारने वाली निगाह ज्यादा हो गई विंद ही मार देते सन बस देखने तो बस निगाह ही देना नठ बरछा मार के नठ जाना और नठंडी कर। अच्छा मुसलमाना का कोई बजुर्ग जिम्मे बुढ़ा हों बच्चा हों जरा अपाज हों जो तुरै नहीं आता वो छड़ भी गए सन पिंड च सारे लै गए उन्होंने पहले ही अगले ले जाने जल्द रौला सुनना पेला पे रौला पै गया हूँ लड़ाई आ जानी ऐदा हो जानी। अच्छा उन्होंने बेचारे ने बजुर्गों ने तो पहले ही बाहर क्या हों इन्होंने छड़िए दौड़ने हूँ
रहने पिंड हो जाए दौड़ने वाले जिधर मुसलमान जा रहे जोर होना बजुर्ग तो उधर बचा देने सारे ओह पिंड रहने जिधर दौड़ने वाले बंदे। अच्छा जो गए ने जिंदे लाए कि खुले छड़ गए अपने जिंदे ला के नहीं गए सिख भी पिंड छड़ गए पिंड गए बिलकुल छड़ के नट रहे बाद फिर कदों तुसी आए पिंड अभी दो महीने उधर ही कटे बाहर डरदे पिंड ही नहीं बड़े हूं भी ना आ जाए हूं भी ना आ जाए जिन्ना चिर कैंप निकले ही नहीं इतो पाकिस्तान चो कोई पिंड वेखण आया मुसलमान कदी कोई वेखण नहीं आया ना किसी का पिंड वालिया राबता होया ना ना बिलकुल नहीं कोई बंदा नहीं अज 75 साल पूरे हो गए ने उदों के दो तीन ही साल ही कोई बंगले कोई आउंदे सी तां ओह वी पहरा लगदा सी अच्छा उन्हां नूं बाहर नहीं निकल दिंदे सी ते किते कोई समान तां किते रखे आया इन्हां ने मुल्क ही गरीब सी ते बरान जमीन च की किसे ने रहना दाने दा खाण जोगे नहीं पैदा हुंदे सी लोकां नूं ते कर की लोकां ने कर लेना घोड़िया भी उस बंदे जो कोई 40-50 किले लोग पैदल तुर भी लेंदे सन नहीं तुरदे पैदल सी सारे तुरन लेंदे पैदल ही तुरदे सी ਅਸੀਂ ਸਾਰੀ ਉਮਰ ਹਾਲੀ ਬਹੁਤ ਜਿਹੜਾ ਤੁਰਦੇ ਰਹੇ ਤੁਰ ਕੇ ਸਾਰਾ ਕੁਛ ਕਰਨਾ ਅੱਛਾ ਚਲੋ ਅਖੀਰ 'ਚ ਹੁਣ ਸਾਨੂੰ ਦੱਸੋ ਵੀ ਉਹ ਵੇਲਾ ਚੰਗਾ ਸੀ ਜਾਂ ਹੁਣ ਚੰਗਾ ਜਾ ਰਿਹਾ ਹੁਣ ਚੰਗਾ ਜਾ ਰਿਹਾ ਉਹ ਚੰਗਾ ਨਹੀਂ ਸੀ ਉਦੋਂ ਪੋਕਟ ਚਾਲ ਸੀ ਖਾਣ ਨੂੰ ਕੁਛ ਮਿਲਦਾ ਨਹੀਂ ਜੇ ਕਿਤੇ ਦਰ ਵੀ ਕਿਸੇ ਲੈ ਲਿਆ ਮੋੜ ਹੀ ਨਹੀਂ ਹੁੰਦੇ ਜਾਂ ਕਮਾਈ ਕੋਈ ਨਹੀਂ ਦੇਣੀ ਕਿੱਥੋਂ ਹੁਣ ਤਾਂ ਜੇ ਕੋਈ ਭੈਣ ਜੋ ਭਾਵਾਂ ਪੈਲੀ ਵੇਚ ਕੇ ਵਿਆਜ 'ਤੇ ਚੜਾ ਰਹੇ ਤਾਂ ਸਾਲ ਵਿੱਚ ਹੀ ਉਹਨੂੰ ਦੜੇ ਲਾ ਦੇਣੀ ਮੋੜਿਆ ਲਾ ਦੇਣਾ ਉਹ ਕਿਸੇ ਦਾੜ ਵੀ ਲਾ ਲਏ ਉਹ ਵੀ ਮੁੜਦੀ ਕਾਨੂੰਨ ਵਿਵਸਥਾ ਜਿਹੜੀ ਸੀ ਅੰਗਰੇਜ਼ਾਂ ਚੰਗੀ ਸੀ ਕਿ ਹੁਣ ਇਹ ਚੰਗੀ ਹੈ ਅੰਗਰੇਜ਼ਾਂ ਨਹੀਂ ਮਾੜੀ ਹੁਣ ਚੰਗੀ ਅੰਗਰੇਜ਼ਾਂ ਨਹੀਂ ਮਾੜੀ ਉਹਨੇ ਬੜੇ ਬਜ਼ੁਰਗਾਂ ਨੂੰ ਮਿਲਿਆ ਕਹਿੰਦੇ ਕਾਨੂੰਨ ਵਿਵਸਥਾ ਅੰਗਰੇਜ਼ਾਂ ਅੰਗਰੇਜ਼ ਤਾਂ ਇੰਨੇ ਮਾੜੇ ਸੀ ਜਿਹੜਾ ਸਾਫ ਹੋਈ ਗਈ ਅੱਛਾ ਜੀ ਅੰਗਰੇਜ਼ ਤਾਂ ਸਾਡੇ ਲੋਕਾਂ ਨੂੰ ਕਣਕ ਦੀ ਰੋਟੀ ਨਹੀਂ ਖਾਣ ਦਿੰਦੇ ਅੱਛਾ ਜੀ ਔਰ ਲੋਕਾਂ ਦੇ ਘਰਾਂ ਦਾ ਦੁੱਧ ਜੋਰ ਨਾਲ ਚੁੱਕ ਕੇ ਲੈ ਜਾਂਦੇ ਅੰਗਰੇਜ਼ ਕੀ ਜਾਣਾ ਕਹਿਣਾ ਕਹਿਣਾ ਤੁਸੀਂ ਦੁੱਧ ਪੀਂਦੇ ਹੋ ਸ਼ਹਿਰੋਂ ਆਉਂਦੇ ਸਨ ਇੰਨੇ ਅੰਗਰੇਜ਼ ਮਾੜੇ ਤੁਹਾਡੇ ਪਿੰਡ ਆਉਂਦੇ ਹੁੰਦੇ ਸਨ ਅੰਗਰੇਜ਼ ਦੇਖੋ ਜੀ ਅਸੀਂ ਤਾਂ ਨਹੀਂ ਪਸੰਦ ਸਾਰਿਆਂ ਨੇ ਇਹ ਗੱਲ ਨੇ ਦੱਸ ਦੇ ਅਤੇ ਅੰਗਰੇਜ਼ ਦਾ ਰਾਜ ਬਿਲਕੁਲ ਖਤਰੇ 'ਚ ਆ ਬਹੁਤ ਖਤਰੇ 'ਚ ਆ ਜਦੋਂ ਕਹਿੰਦੇ ਨੇ ਕਿ ਉਹ ਬੱਕਰੀ ਦੇ ਗੱਲ ਕੈਂਠਾ ਸੁਣਦਾ ਪਾਉਂਦੇ ਸਨ ਪਾਉਂਦੇ ਸਨ ਅਤੇ ਜਿੱਥੇ ਮਰਜ਼ੀ ਜਾਵੇ ਉਹਨੂੰ ਹੱਥ ਨਹੀਂ ਸੀ ਪਾਉਂਦਾ ਦੇਖੋ ਇਹੋ ਜਿਹੀ ਕਾਨੂੰਨ ਵਿਵਸਥਾ ਉਹਨਾਂ ਦੀ ਜਿਹੜੀ ਕੰਟਰੋਲ ਸੀ ਉਸ ਜ਼ਮਾਨੇ 'ਚ ਚੋਰੀ ਘੱਟਤੀ ਇੰਨੀ ਚੋਰੀ ਨਹੀਂ ਸੀ ਜਿੰਨੀ ਹੁਣ ਚੋਰੀ ਲੱਗੀ ਹੋਈ ਆ ਹੁਣ ਸਰਕਾਰ ਦਾ ਕੰਟਰੋਲ ਵੱਡੀ ਚੱਲੀ ਉਹਨਾਂ ਦਾ ਕੰਟਰੋਲ ਸੀ
थले ना नहीं कोई भी किसी की चीज़ ला सकता है। हूँ तो तुरे जाते दो चपेड़ा मारते कहने जेब छाए दो रुपये दे जाए जे है जोर ने सरकार जी कहते अद्धे साम दे दिया करो रोज़ लुटिया करो इन्ना ऐसे नहीं रुपये उदर चोरी का थोड़ा जोर हूँ तो हूँ चोरी का हूँ तो चोरी आ पहले जो मर्जी चपेड़ा तो मार के खोली है सर पुलिस पुछती नहीं पुलिस कहती है दो रुपये साम दे जाओ कई जॉब ऐन गए ऐन पुलिस जाऊगी लभन कई जॉब ऐन नठे चोर पुलिस ऐन जाऊगी जो उन्होंने कही तुम इन क्यों जाने क्या ही मौत मूँगा जी उन्हें साड़ी मार जानी उजरती है माड़ा ठीक है जी। तुसीं 1947 दी यादां सानूं सांझी कीतियां पुरानियां गल्लां ते बहुत बहुत शुक्रिया धन्नवाद तुहाडा सिक्का ਬਾਜ ਮਾਰਾ ਬਾ ਥੈਂਕ ਯੂ ਜੀ ਹੈ ਨਹੀਂ ਮਿਲੀ।